ਉਦਣ ਦੱਸਿਆ ਸੀ ਨਾ ਵੀ ਬੋਰੇ 'ਚ ਤੂੜੀ ਲਿਆਉਂਦਾ ਵਾ, ਅੱਜ ਦੇਖ ਲਓ ਬੋਰੇ 'ਚ ਤੂੜੀ ਲੈਣ ਚੱਲਿਆ। ਤੂੜੀ ਰਹਿ ਗਈ ਥੋੜ੍ਹੀ ਜੀ, ਤਾਂ ਕਰਕੇ ਫਿਰ ਉੱਦਾਂ ਉਹਦਾ ਇੱਕ ਗਾਂ ਵਾ, ਉਸ ਹਿਸਾਬ ਨਾਲ ਤੂੜੀ ਪਾਉਣੀ ਹੁੰਦੀ ਕਿਉਂਕਿ ਨਿਰਾ ਘੱਟਾ ਵਾ। ਅਸੀਂ ਕਿਹਾ ਕਿ ਵਧੀਆ ਤੂੜੀ ਬਣਾਵਾਂਗੇ। ਤੂੜੀ ਵੀ ਉਹ ਹੁਣ ਕੀ ਉਹਨਾਂ ਨੂੰ ਕਵੇ, ਥੱਲੇ ਲਾ ਕੇ ਰੱਖਦੇ ਆ ਤੇ ਫਿਰ ਘੱਟਾ ਮਿੱਟੀ ਜ਼ਿਆਦਾ ਆਉਂਦਾ ਵਾ। ਆ ਜਾ ਆ ਜਾ ਆ ਜਾ, ਬੋਰੇ 'ਚ ਤੂੜੀ ਲੈ ਆ। ਇਹ ਕੀ ਆ ਐ ਵਿਖਾਈ? ਮੈਂ ਕਿਹਾ ਆ ਵੇ ਆਹ ਤੂੜੀ ਆ, ਚੰਗੀ ਨਹੀਂ ਨਾ, ਤੇ ਐਨ ਸਾਈਡ ਤੇ ਇਕੱਠੀ ਕਰਕੇ ਲਿਆ। ਹਾਏ ਗਾਈਸ, ਵੈਲਕਮ ਬੈਕ ਟੂ ਨਿਊ ਵਲੌਗ। ਤੇ ਰੱਜੀ ਆ ਗਈ ਸੀਗੀ ਕੱਲ ਘਰੇ, ਤੇ ਕੀ ਕਰਦੀ ਪਈ ਦੱਸ ਦੇ ਸਾਰਿਆਂ ਨੂੰ। ਮੈਂ ਕਰਦੀ ਪਈ ਲੁਧਿਆਣੇ ਆਪਦਾ ਮੇਕਅਪ ਸਿੱਖਦੀ ਪਈ ਅਕੈਡਮੀ ਵਿੱਚੋਂ, ਤੇ ਹੁਣ ਅਸੀਂ ਲੈਣ ਚੱਲੇ ਆਈਫੋਨ। ਤੇ ਇਹ ਮੇਕਅਪ ਸਿੱਖਦੀ ਪਈ ਉੱਥੇ, ਤੇ ਇਹਨੂੰ ਵੀ ਜ਼ਰੂਰਤ ਆ ਉੱਥੇ, ਮਤਲਬ ਫੋਨ ਦੀ ਜ਼ਰੂਰਤ ਆ ਮੇਕਅਪ, ਮਤਲਬ ਸ਼ੂਟ ਕਰਨੀ ਹੁੰਦੀ ਨਾ ਵੀਡੀਓ, ਮਤਲਬ ਦੂਸਰੀ ਉਹਨਾਂ ਦੀ ਇੱਦਾਂ ਜ਼ਰੂਰਤ ਪੈਂਦੀ ਆ, ਤਾਂ ਕਰਕੇ ਫਿਰ ਫੋਨ ਜਿਹੜਾ ਵਾ ਅੱਜ ਆਈਫੋਨ ਲੈਣ ਚੱਲੇ ਅਸੀਂ ਸ਼ਹਿਰ, ਤੇ ਦੇਖਾਂਗੇ ਕਿਹੜਾ ਲੈਂਦੇ ਹਾਂ। ਤੇ ਪਹਿਲਾਂ ਸ਼ਹਿਰ ਚੱਲਦੇ ਹਾਂ ਤੇ ਦੇਖਦੇ ਹਾਂ, ਫਿਰ ਉੱਥੇ ਜਾ ਕੇ ਆਪਾਂ ਆਈਫੋਨ ਲੈਂਦੇ ਹਾਂ। ਹੁਣ ਅਸੀਂ ਚੱਲੇ ਹਾਂ ਆਈਫੋਨ ਲੈਣ ਰੱਜੀ ਦਾ, ਕਹਿੰਦੀ ਮੈਂ ਆਈਫੋਨ ਲੈਣਾ ਹੈ ਸਪੈਸ਼ਲ, ਚੱਲੇ ਸ਼ਹਿਰ ਰਾਹੀਂ ਕਿ ਨਾਲੇ ਘੁੰਮ ਫਿਰ ਆਈਏ ਤੇ ਨਾਲੇ ਆਪਾਂ ਵੇਖ ਲਾਂਗੇ ਕੋਈ ਆਈਫੋਨ। ਪਹਿਲਾਂ ਦੋ ਇਕੱਲੇ ਇਹ ਫੋਨ ਸੈਮਸੰਗ ਦਾ ਵੀ ਨਾਮ ਲੈ ਲਓ ਕਦੀ, ਚਲੋ ਬਈ ਰੱਜੀ ਫੋਨ ਲੈਣ ਲੱਗੀ ਆ ਹੁਣ ਆਈਫੋਨ 13 ਪ੍ਰੋ, ਉਹ ਨਹੀਂ ਆਈਫੋਨ 13 ਪ੍ਰੋ ਪ੍ਰੂ ਤਾਂ ਬੰਦ ਹੋ ਗਏ ਸਾਰੇ, ਮਤਲਬ 13 ਵਾਈਟ ਕਲਰ 'ਚ ਲਊਗੀ ਆਹ ਜਿਹੜਾ। ਮੈਂ ਸੋਚਿਆ ਵਾ ਹੁਣ, ਪਹਿਲਾਂ ਸੋਚਦੇ ਪਏ ਅਸੀਂ ਇਹਨਾਂ 'ਚੋਂ ਲੈ ਜਾਂਦਾ, ਪਰ ਅਸੀਂ ਸੋਚਿਆ ਵੀ ਘੈਂਟ ਜਿਹੜਾ ਵਾ ਉਹ ਆਹ ਹੀ ਆ, ਉਹਦਾ ਜੋ ਸੋਚਿਆ ਸੀ ਇੱਥੇ ਆਏ ਆ। ਸਭ ਤੋਂ ਘੈਂਟ ਆ ਫੋਨ ਜਿਹੜਾ ਵਾ, ਹਾਂ ਸਭ ਤੋਂ ਸਸਤਾ ਵੀ, ਪਰ ਨਹੀਂ ਕੈਮਰੇ ਵਧੀਆ, ਇਹਦੇ ਕੈਮਰੇ ਵੀ ਵਧੀਆ, ਕੈਮਰੇ ਤੇ ਇਹਦੇ ਵਧੀਆ ਵਾ। ਫਿਰ ਚਲੋ ਗਾਇਸ, ਅੱਜ ਦੋ ਫੋਨ ਲੈ ਲਏ ਆ, ਠੀਕ ਆ ਜੀ, ਅਤੇ ਇੱਕ ਰੱਜੀ ਨੇ ਅਤੇ ਇੱਕ ਭਾਬੀ ਨੇ, ਖੁਸ਼ ਆ ਹੁਣ। ਚਲੋ ਗਾਇਸ, ਰੱਜੀ ਦਾ ਫੋਨ ਆਊਗਾ, ਠੀਕ ਆ, ਖੋਲਦੇ ਹਾਂ ਹੁਣ। ਅਤੇ ਇੱਕ ਆਹ ਕਲਰ ਲਿਆ, ਠੀਕ ਆ, ਦੱਸਿਓ ਇਹ ਹੈਗਾ ਵਾ ਆਪਣਾ ਕਿਹੜਾ ਵਾ ਕਲਰ? ਪਿੰਕ, ਲਾਈਟ ਪਿੰਕ ਆ। ਰੱਜੀ ਦਾ ਹੈਗਾ ਵਾ ਆਪਣਾ ਨਾਈਟ ਪਿੰਕ, ਜਿਹਨੂੰ ਕਹਿੰਦੇ ਆ ਨਾਈਟ ਮਿਡ ਨਾਈਟ, ਆਹ ਵਾਲਾ, ਠੀਕ ਆ ਜੀ। ਅਤੇ ਇਹਦੇ ਨਾਲ ਸਾਨੂੰ ਫ੍ਰੀ ਮਿਲਦਾ ਪਿਆ ਵਾ ਆਹ ਵਾਲਾ, ਇਹ 10,000 ਦਾ ਵਾ ਅਤੇ ਫ੍ਰੀ ਮਿਲਦਾ ਪਿਆ ਔਫਰਾਂ ਨਾਲ। ਇਹਦੇ ਵਿੱਚ ਆਉਂਦਾ ਪਿਆ ਵਾ ਕਿ ਜਿਵੇਂ ਫਾਸਟ ਚਾਰਜਿੰਗ ਆਉਂਦਾ, ਇਹਦੇ ਉੱਤੇ ਰੱਖ ਦਾਂਗੇ ਨਾ ਵਾਇਰਲੈਸ ਚਾਰਜਰ ਆ, ਅਤੇ ਇੱਕ ਆਹ ਵਾ ਗੱਡੀ ਵਿੱਚ ਜਿਵੇਂ ਲਾਉਣ ਨੂੰ ਗੱਡੀ ਵਿੱਚ ਚਾਰਜ ਕਰਦੇ, ਇੱਕ ਇਹਦੇ ਮਗਰ ਏ ਟੀ ਐੱਮ ਪੈ ਜਾਂਦੇ ਆ, ਠੀਕ ਹੈ ਜੀ, ਘੜੀ ਘੁੜੀ ਜੋ ਮਰਜ਼ੀ ਚਾਰਜ ਕਰਨਾ ਕਰ ਲਓ। ਸੋਨੀ ਵੀਰਾ ਖੋਲ੍ਹ ਕੇ ਵਿਖਾਉਂਦੇ ਪਏ ਆ, ਉਹ ਯਾਰ ਇੱਦਾਂ ਨਹੀਂ ਵੀਰੇ, ਤੁਸੀਂ ਬਹੁਤ ਜ਼ਿਆਦਾ ਕੰਪਿਊਟਰ ਆ, ਜੇ ਤੁਸੀਂ ਫੋਨ ਲਓਗੇ 13, 14, 15 ਉਹਦੇ ਨਾਲ ਤੁਹਾਨੂੰ ਆਹ ਤਿੰਨ ਚੀਜ਼ਾਂ ਮਿਲਣਗੀਆਂ ਗਿਫਟ। ਨਹੀਂ 13, 14, 15 ਨਾਲ ਥੋੜ੍ਹਾ ਵਾ, ਤਿੰਨਾਂ ਨਾਲ, ਠੀਕ ਹੈ ਜੀ। ਇੱਕ ਤਾਂ ਕਾਰ ਦੇ ਵਿੱਚ ਲਾਵਾਂਗੇ ਆਪਾਂ, ਇੱਕ ਮਿੰਟ ਭਾਬੀ, ਬਹੁਤ ਕਾਲੇ ਆ ਗਾਇਸ, ਕੀ ਕਰੀਏ ਯਾਰ, ਟਿਕਦੇ ਹੀ ਨਹੀਂ ਹੱਥ ਜੀ। ਦੂਸਰੇ ਨੰਬਰ 'ਤੇ ਆਪਾਂ ਨੂੰ ਮਿਲਦਾ ਕਾਰਡ ਸਕਾਉਣ ਨੂੰ, ਠੀਕ ਹੈ ਜੀ, ਏ ਟੀ ਐੱਮ ਵਗੈਰਾ 'ਤੇ ਪਾਓ, ਆਧਾਰ ਕਾਰਡ ਪਾਓ, ਪੈਨ ਕਾਰਡ ਪਾਓ, ਜੋ ਮਰਜ਼ੀ, ਇਹ ਵਧੀਆ ਲੜਕਾ ਵੀਰੇ। ਆਪਾਂ ਇਹਦੀ ਗੱਲ ਹੀ ਕਰਦੇ, ਤੁਸੀਂ ਕਿਹਾ ਮੇਰੇ ਹੈਨਾ ਆਹ ਕਾਰਡ ਪਾਉਣ ਨੂੰ ਮਿਲ ਗਿਆ ਤੈਨੂੰ, ਇਹ ਵਧੀਆ, ਇਹ ਮੈਨੂੰ ਵਧੀਆ ਓਰਿਜਿਨਲ ਜਿਹਾ ਲੱਗਾ। ਓ ਮਾਈ ਗਾਡ,
ਆ ਕੈਂਟ ਲੱਗਾ ਸਭ ਤੋਂ ਹਨਾ ਠੀਕ ਹੈ ਜੀ ਇਹਦੇ ਤੇ ਪਾਵਰ ਅਪ ਕਰ ਦੇਣਾ ਇਹਨੇ ਘੜੀ ਨੂੰ ਇੱਥੇ ਫੋਨ ਨੂੰ ਹੁਣ ਆਇਆ ਏਅਰਪੋਰਟ ਠੀਕ ਹੈ ਜੀ ਕੋਈ ਵੀ ਰੱਖ ਦੋ ਹੈ ਜੀ ਕਿ ਇਹਦੇ ਆਈਫੋਨ ਦੇ ਐਪਲ ਉਹ ਕੀ ਲੈਣੇ ਪੈਣੇ ਨਾ ਆਪਾਂ ਨੂੰ ਨਹੀਂ ਨਹੀਂ ਹਜੇ ਨਹੀਂ ਹਜੇ ਕਿਉਂ ਨਹੀਂ ਚਾਚੀ ਉਹ ਹਜੇ ਕਿੱਦਾਂ ਹਜੇ ਕਿੱਥੇ ਆ 12000 ਆਈ ਲੋ ਡਾਕਟਰ ਨਹੀਂ ਸਮਝ ਗਏ ਮਤਲਬ ਚਾਰਜ ਹੁੰਦਾ ਹੈ ਜੀ ਮਤਲਬ ਜਿਵੇਂ ਲਾਉਂਦੇ ਨਹੀਂ ਚਾਰਜ ਨਹੀਂ ਨਹੀਂ ਚਾਰਜ ਨਹੀਂ ਹੁੰਦਾ ਉਹ ਮੈਂ ਪਾਵਰ ਬੈਂਕ ਹੋ ਗਈ ਨਾ ਉਹ ਜਿਹੜਾ ਸਿਸਟਮ ਜਿਹਾ ਉਹ ਭਾਜੀ ਵਾਲਾ ਪਾਵਰ ਬੈਂਕ ਆ ਚਲੋ ਬਈ ਰੱਜੀ ਹੁਣ ਫੋਨ ਖੋਲਣ ਲੱਗੀ ਆਪਦਾ ਤੇ ਲੈ ਲਿਆ ਆਈਫੋਨ ਇਹਨੇ ਆਹ ਕਲਰ ਲਿਆ ਭਾਬੀ ਦਾ ਪਿੰਕ ਹੀ ਹਨਾ ਆਹ ਕਲਰ ਪਤਾ ਨਹੀਂ ਕਿਹੜਾ ਮੈਨੂੰ ਵੀ ਨਹੀਂ ਪਤਾ ਨਹੀਂ ਆ ਗਿਆ ਹਲ ਆਪਣੀ ਕੋਈ ਫੋਨ ਚੱਕੀ ਯਾਰ ਖੋਲਣਾ ਨਹੀਂ ਆਉਂਦਾ ਸੋਹਣਾ ਵਾ ਸੇਮ ਹੀ ਆ ਚਲੋ ਗਾਇਸ ਹੁਣ ਲੱਗੇ ਆ ਰੋ ਪੀਣ ਠੀਕ ਹੈ ਇਹਨਾਂ ਫੋਨ ਲੈ ਲਏ ਇੱਕ ਰੱਜੀ ਨੇ ਅਤੇ ਭਾਬੀ ਨੇ ਇਹਨਾਂ ਲਿਆ ਆਈਫੋਨ 13 ਉਹ ਜਿਸ ਕਾਰਨ ਐਪਲ ਆਈ ਡੀ ਭਰਦਾ ਪਿਆ ਵਾ ਅਤੇ ਭਾਬੀ ਨੇ ਪਿੰਕ ਵਿੱਚ ਲਿਆ ਅਤੇ ਇਹਨੇ ਲਿਆ ਵਾ ਆਪਣੇ ਬਲੈਕ ਵਿੱਚ ਠੀਕ ਹੈ ਹੁਣ ਉਹ ਨੈੱਟ ਨਹੀਂ ਚੱਲਦਾ ਤਾਂ ਉਹ ਕਰਦਾ ਪਿਆ ਫਿਰ ਅਤੇ ਕਾਫੀ ਟਾਈਮ ਹੀ ਲੱਗ ਗਿਆ ਸਾਨੂੰ ਹੁਣ ਵਾਰੀ ਆ ਗਈ ਆ ਬਈ ਇਹ ਅਸੀਂ ਬਾਅਦ ਚ ਫੋਨਾਂ ਦੀ ਪਾਰਟੀ ਕਰਦੇ ਪੈਂਦੇ ਹਲੋ ਆਹ ਜਿਹੜਾ ਇੱਕ ਆਹ ਲਿਆ ਵਾ ਅਤੇ ਇੱਕ ਕਿੱਥੇ ਗਿਆ ਹਾਂ ਬਈ ਕਿੰਨੇ ਘੈਂਟ ਲਾਤੇ ਉਹਨਾਂ ਦੋਵੇਂ ਸੇਮ ਭਰਾ ਇੱਕੋ ਦਿਨ ਲਏ ਆਹ ਦੇਖੋ ਜਨਮਦਿਨ ਇੱਕੋ ਦਿਨ ਹੀ ਆ ਹਾਂ ਜਨਮਦਿਨ ਇਹਨਾਂ ਦੇ ਇੱਕੋ ਦਿਨ ਮਨਾਵਾਂਗੇ ਉੱਧਰੋਂ ਆ ਚੱਕੀ ਜਾਂਦਾ ਚੋੜੇ ਮੋਚਾ ਉੱਧਰ ਵੇ ਇਹ ਕੀ ਕੁੱਲਰ ਦੀ ਜਾ ਇੱਧਰ ਬਰਗਰ ਕਰਾਏ ਆ ਗਾਇਸ ਭੁੱਖ ਸਵੇਰ ਦਾ ਕੁਛ ਨਹੀਂ ਖਾਧਾ ਸਾਰਿਆਂ ਨੇ ਭੁੱਖ ਬਹੁਤ ਲੱਗੀ ਸੀਗੀ ਤੇ ਸਾਰੇ ਜਾਣੇ ਕਹਿੰਦੇ ਪਹਿਲਾਂ ਖਾ ਲਈਏ ਕੁਛ ਹੁਣ ਹੁਣ ਇਹ ਤੇ ਇੱਦਾਂ ਹੀ ਜਾਣੀ ਭੁੱਖ ਲੱਗੀ ਅਸੀਂ ਦੱਸਦੇ ਹਾਂ ਕੁੱਲੜ ਪੀਜ਼ਾ ਬਈ ਕਿਵੇਂ ਆ ਗਏ ਓ ਖੜੇ ਕਲਰ ਕੈਂਟ ਲੱਗਾ ਆਕਰਸ਼ਿਤ ਹੀ ਕਰ ਲਿਆ ਵਾਕਈ ਇਹ ਦੇਖੀ ਸਹੀ ਗੱਲ ਆ ਮੇਰੇ ਪਾਸ ਆ ਜਾ ਕਰ ਦੇ ਕਿਉਂ ਕਹਿ ਆ ਇਦਾਂ ਲੱਗਦਾ ਜਿੱਦਾਂ ਨਹਾਤਾ ਹੁੰਦਾ ਬਾਅਦ 'ਚ ਗਾਇਸ ਵਲੌਗ ਹੀ ਨਹੀਂ ਬਣਿਆ ਅਤੇ ਅਸੀਂ ਕੱਲ੍ਹ ਬਰਗਰ ਬੁਰਗਰ ਖਾ ਕੇ ਉਸ ਤੋਂ ਬਾਅਦ 'ਚ ਸਗੋਂ ਵਲੌਗ ਬਣਾਇਆ ਹੀ ਨਹੀਂ ਅਤੇ ਬਾਅਦ 'ਚ ਫੋਨ ਵੀ ਬੰਦ ਹੋ ਗਿਆ ਸੀਗਾ ਅਤੇ ਅੱਜ ਸਵੇਰੇ ਬਹੁਤ ਮਤਲਬ ਠੰਡਾ ਮੌਸਮ ਆ ਬਹੁਤ ਅਤੇ ਕਣਕ ਭਰਦੇ ਪਏ ਆ ਬਾਹਰ ਅਤੇ ਰੱਜੀ ਨੇ ਕੱਲ੍ਹ ਫੋਨ ਲਿਆ ਸੀ ਆਈਫੋਨ ਹੁਣ ਤਾਂ ਰੱਜੀ ਗਈ ਹੋਈ ਆ ਉੱਥੇ ਤਾਏ ਘਰੇ ਅਤੇ ਜਿਹੜਾ ਮੌਸਮ ਆ ਉਹ ਮੀਂਹ ਵਾਲਾ ਵਾ ਦੇਖੋ ਪੂਰਾ ਠੰਡੀ ਹਵਾ ਵਗਦੀ ਪਈ ਮੈਂ ਉਹਨੂੰ ਛੱਡਣ ਗਿਆ ਸੀ ਉਹਨੇ ਅਤੇ ਇੱਧਰ ਮੀਂਹ ਦਾ ਕਰਕੇ ਅਸੀਂ ਜਲਦੀ ਜਲਦੀ ਭਰਦੇ ਪਏ ਸੀ ਭੜੋਲੇ ਲੀਰਾਂ ਲੂਰਾਂ ਕੀ ਲਮਕਾਈ ਫਿਰਦਾ ਵੇ
ਤਿਰਚ ਨੀ ਹੈਗਾ ਨਹੀਂ ਹੈਗਾ ਇਹ ਬੰਦੇ ਨੂੰ ਨਾ ਸਾਡੇ ਨੂੰ ਨਾਨੇ ਦੇ ਨਾਲ ਲੱਗਾ ਰਿਹਾ ਨਾਨਾ ਕਿਹੜੇ ਟਾਈਮ ਦੀਆਂ ਗੱਲਾਂ ਯਾਰ ਚੱਕੀਏ ਉੱਤੇ ਆਸਮਾਨ ਵੇ ਹੋਏ ਜਲਦੀ ਜਲਦੀ ਚੱਕ ਲਗੇ ਨਹੀਂ ਤਾਂ ਨਾ ਮੀਂਹ ਆ ਸਕਦਾ ਵਾ ਗਾਇਜ਼ ਬਸ ਆਹ ਰਹਿ ਗਈ ਭਰਨ ਵਾਲੀ ਸਾਰੇ ਬੋਰੇ ਬੂਰੇ ਉੱਤੇ ਚੜਾ ਤੇ ਆ ਥੋੜੀ ਜਿਹੀ ਰਹਿ ਗਈ ਗਾਇਜ਼ ਇਹਦੇ ਚ ਇੱਕ ਨਾ ਇਹ ਹੋ ਇਹਦੇ ਚ ਹੋਰ ਕੋਈ ਚਿੜੀ ਰਹਿੰਦੀ ਉਹ ਜਿਹੜੀਆਂ ਤਾਂ ਛੱਡ ਕੇ ਆਲਣਾ ਚੱਲ ਗਈਆਂ ਪਰੇ ਜਿਹੜੀਆਂ ਸੀ ਤੇ ਉਹਦੇ ਚ ਅੰਡਾ ਇੱਕ ਪਿਆ ਤੇ ਉਹ ਵੀ ਛੱਡ ਗਈਆਂ ਵੀ ਉਹਨਾਂ ਨੂੰ ਪਤਾ ਵੀ ਕੋਈ ਜਾਨਵਰ ਜੁਨਵਰ ਖਾ ਜਾਂਦਾ ਇਹਦੇ ਵਿੱਚ ਵਾ ਇਸ ਤਾਂ ਇਹਦੇ ਵਿੱਚ ਅੰਡਾ ਸੀ ਪਤਾ ਨਹੀਂ ਕਿੱਧਰ ਗਿਆ ਮੈਨੂੰ ਲੱਗਦਾ ਕੋਈ ਚੀਜ਼ ਖਾ ਖੂ ਗਈ ਆ ਪਤਾ ਨਹੀਂ ਪਹਿਲਾਂ ਵੀ ਇੱਦਾਂ ਹੀ ਹੋਇਆ ਇਹ ਕੀ ਚੱਕਰ ਮੈਂ ਤਾਂ ਹੈਰਾਨ ਹੈ ਹੀ ਨਹੀਂ ਕੁਛ ਮੈਂ ਕਿਹਾ ਕਿਤੇ ਪਹਿਲਾਂ ਅੰਡਾ ਸੀਗਾ ਤਾਂ ਹੁਣ ਹੈ ਨੀ ਮੰਮੀ ਉੱਥੇ ਪਤਾ ਨੀ ਕੀ ਚੀਜ਼ ਖਾਂਦੀ ਊ ਪਤਾ ਹੀ ਨੀ ਚਲੋ ਬਈ ਇੱਥੇ ਤਾਂ ਪੜੋਲਿਆਂ ਦਾ ਕੰਮ ਚੱਲਦਾ ਦੋ ਭਰ ਗਏ ਦੋ ਰਹਿ ਗਏ ਚੜ ਜਾ ਚੜ ਜਾ ਚੜ ਜਾ ਮਾੜਾ ਹੈ ਚੱਲ ਕੋਈ ਨੀ ਚਲੋ ਲਈ ਜਾਂਦੇ ਇੱਦਾਂ ਹੀ ਉਹ ਰੱਖਤੇ ਦੋ ਅੰਦਰ ਰੱਖਤੇ ਹਜੇ ਇੱਕ ਆਹ ਜਿਹੜਾ ਰਹਿੰਦਾ ਵਾ ਇਹ ਵੀ ਭਰ ਦੇਣਾ ਇੱਥੇ ਰਹਿ ਗਈ ਬਸ ਬਾਕੀ ਸਾਰੀ ਉਹ ਥੋੜੀ ਜਿਹੀ ਆ ਆ ਜੋ ਤੁਹਾਡੀ ਮੈਂ ਰਿਕਾਰਡ ਕਰਦਾ ਕਿਉਂ ਕੀ ਹੋਇਆ ਬੱਦਲ ਵੇਖੋ ਕਿੰਨਾ ਬਣ ਗਿਆ ਪਿਆ ਵਾ ਇੰਨੇ ਪਈ ਜਾਂਦੇ ਇਹਦੇ ਚ ਚਲੋ ਸ਼ੁਕਰ ਆ ਇਧਰੋਂ ਮੌਸਮ ਵੀ ਗਾਇਜ਼ ਦੇਖ ਲਓ ਬਈ ਏਦਾਂ ਵਾ ਉੱਤੇ ਕਿੰਨਾ ਬੱਦਲ ਮੀਂਹ ਦਾ ਕਰਕੇ ਜਲਦੀ ਜਲਦੀ ਸਾਰੇ ਸਪੀਡ ਨਾਲ ਲੱਗੇ ਹੋਏ ਦੇਖ ਲਓ ਉੱਧਰ ਭਰੀ ਜਾਂਦੇ ਭਰੀ ਛੇਤੀ ਛੇਤੀ ਕੰਮ ਕਰਨ ਡੇ ਆ ਚਾਹ ਪੀ ਲੋ ਚੱਕੇ ਤੱਕ ਚੁਕਾ ਦੇ ਨਹੀਂ ਤੱਕ
ਬੱਦਲ ਬਹੁਤ ਜ਼ਿਆਦਾ ਬਣ ਗਿਆ ਤੇ ਬਾਕੀ ਨਾ ਥੋੜੀਆਂ ਥੋੜੀਆਂ ਕਣੀਆਂ ਪੈਂਦੀਆਂ ਪਈ ਜਦੋਂ ਅਸੀਂ ਭਰਦੇ ਪਏ ਸੀਗੇ ਤੇ ਹੁਣ ਬੰਦ ਹੋ ਗਈਆਂ ਤੇ ਆਹ ਥੋੜਾ ਬਹੁਤਾ ਰਹਿ ਗਿਆ ਤੇ ਭੜੋਲੇ ਸਾਰੇ ਭਰ ਕੇ ਇਹ ਜਿਹੜਾ ਵਾ ਇਹ ਬੋਰਿਆਂ ਬਾਰਿਆਂ ਚ ਪਾਲਾਂਗੇ ਅਸੀਂ ਕਿਹਾ ਕਿਤੇ ਮੀਂਹ ਆ ਜਾਣਾ ਬਹੁਤ ਤੇਜ਼ ਤੇ ਆਉਣ ਹੀ ਵਾਲਾ ਸੀ ਵੈਸੇ ਤਰੀਨ ਤਰੀਨ ਕਣੀਆਂ ਪੈਂਦੀਆਂ ਫਿਰ ਜਲਦੀ 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 ਤੇਜ਼ੀ ਨਾਲ ਭਰੇ ਤੇ ਬਾਕੀ ਵਲੌਗ ਵੀ ਤੇਜ਼ ਤੇਜ਼ ਹੀ ਮੈਂ ਬਣਾਇਆ ਇਹਨਾਂ ਦੇ ਮਗਰ ਮਗਰ ਜਾ ਕੇ ਕਿਉਂਕਿ ਮੈਂ ਵੀ ਚੁਕਾਉਣਾ ਪਿਆ ਸੀ ਨਾ ਬੋਰੇ ਤਾਂ ਕਰਕੇ ਫਿਰ ਵਲੌਗ ਨਾਲੋਂ ਨਾਲ ਹੀ ਮੈਂ ਮਾੜਾ ਮੋਟਾ ਬਣਾਇਆ ਤੁਹਾਨੂੰ ਦਿਖਾਇਆ ਪੂਰੇ ਟਾਈਮ ਤੇ ਅਸੀਂ ਕਣਕ ਕੁਣਕ ਜਿਹੜੀ ਸੀ ਪਾ ਲਈ ਭੜੋਲਿਆਂ 'ਚ ਤੇ ਵੇਖੋ ਹੁਣ ਮੀਂਹ ਪੈਣ ਲੱਗ ਪਿਆ ਤੁਹਾਡੇ ਸਾਹਮਣੇ ਆ ਮੀਂਹ ਪੈਂਦਾ ਪਿਆ ਕਣੀਆਂ ਕਿਨ ਮਿਨ ਹੋਣ ਡਈ ਆ ਤੇ ਇੱਧਰ ਮੰਮੀ ਹੁਣੀ ਪਕਾਉਂਦੇ ਪਏ ਹੁਣ ਰੋਟੀਆਂ ਤੇ ਬਾਕੀ ਅਸੀਂ ਸੋਚਦੇ ਪਏ ਅਸੀਂ ਇੱਧਰ ਕੈਂਪਿੰਗ ਦਾ ਸਮਾਨ ਕੱਢਿਆ ਸੀ ਬੜੇ ਦਿਨਾਂ ਬਾਅਦ ਬੜਾ ਕੁਛ ਅਸੀਂ ਲੈ ਕੇ ਆਇੰਦਾ ਹੋਇਆ ਨਵਾਂ ਤੇ ਕੈਂਪਿੰਗ ਕਰਨ ਦੇ ਸੋਚਦੇ ਪਏ ਸੀਗੇ ਤੇ ਘੈਂਟ ਜੀ ਲੋਕੇਸ਼ਨ ਨਵੀਂ 'ਤੇ ਜਾ ਕੇ ਤੇ ਬਾਕੀ ਆਪਾਂ ਨਾ ਥੋੜ੍ਹਾ ਸਮਾਨ ਲਿਆਉਣ ਵਾਲਾ ਸੀਗਾ ਇੱਥੋਂ ਲੱਗ ਗਿਆ ਸੀ ਉਹ ਲੈ ਲੂ ਆਈਏ ਖਾਣ ਪੀਣ ਲਈ ਫਿਰ ਹੀ ਕੈਂਪਿੰਗ 'ਚ ਨਾ ਉੱਥੇ ਯੂਜ਼ ਕਰਾਂਗੇ ਤੇ ਬਸ ਸੋਚਦੇ ਪਏ ਹਾਂ ਅਜੇ ਤਾਂ ਬਾਰਿਸ਼ ਵੀ ਬੜੀ ਹੋਣ ਡਈ ਆ ਤਾਂ ਜਾਂਦੇ ਹਾਂ ਫਿਰ ਵਿਊ ਦੇਖੋ ਕਿੱਡਾ ਘੈਂਟ ਆ ਤੇ ਅਸੀਂ ਮਿਰਚਾਂ ਇੱਥੋਂ ਲੈਣ ਆਏ ਹਾਂ ਮਿਰਚਾਂ ਤੇ ਸ਼ਿਮਲਾ ਮਿਰਚਾਂ ਲੈਣ ਆਏ ਹਾਂ ਕੈਂਪਿੰਗ ਕਰਨੀ ਆ ਨਾ ਤਾਂ ਕਰਕੇ ਫਿਰ ਸ਼ਿਮਲਾ ਮਿਰਚਾਂ ਵੀ ਅਸੀਂ ਕਿਹਾ ਲੈ ਜਾਈਏ ਤੇ ਉੱਥੇ ਬਣਾਵਾਂਗੇ ਆਪਾਂ ਪਕੌੜੇ ਪਕਾੜੇ ਬੜਾ ਕੁਛ ਬਣਾਉਣਾ ਵਾ ਤੇ ਤਾਂ ਕਰਕੇ ਫਿਰ ਇੱਥੋਂ ਲੈਣ ਆਏ ਹਾਂ ਤਾਂ ਵਿਊ ਦੇਖੋ ਬਈ ਮੋਟਰ ਦਾ ਬਾਕੀ ਉੱਤੇ ਬੱਦਲ ਦੇਖੋ ਇੱਦਾਂ ਵਾ ਘੁਲਿਆ ਹੋਇਆ ਬਹੁਤ ਚਲੋ ਚੱਲੀਏ ਆਹ ਵੀ ਫੜ ਲਾ ਚਲੋ ਗਾਇਸ ਸੋਚਦੇ ਪਏ ਸੀ ਕੈਂਪਿੰਗ ਕਰਨ ਦਾ ਤੇ ਪਤਾ ਕੀ ਟਾਈਮ ਵਾਹਵਾ ਹੋ ਗਿਆ ਵਾ ਤੇ ਟਾਈਮ ਲੱਗਾ ਨਹੀਂ ਸਾਡਾ ਤੇ ਮੀਂਹ ਅੱਜ ਸਵੇਰ ਦਾ ਪਈ ਜਾਂਦਾ ਵਾਹਵਾ ਚਿਰ ਦਾ ਹੀ ਮਤਲਬ ਪੈਣ ਡਿਆ ਮੀਂਹ ਦੇਖ ਲਓ ਬਾਕੀ ਤੁਸੀਂ ਬਾਕੀ ਮਜ਼ਾ ਬਹੁਤ ਆਉਣਾ ਸੀ ਪੈਕਿੰਗ ਅਸੀਂ ਸਾਰੀ ਕੀਤੀ ਸੀ ਪਰ ਇਹ ਰੱਖ ਦੇਣੀ ਆਪਾਂ ਹੁਣ ਤੇ ਕੋਈ ਨਹੀਂ ਆਊਗਾ ਵਲੌਗ ਘੈਂਟ ਜਿਹਾ ਕੈਂਪਿੰਗ ਵਾਲਾ ਅਸੀਂ ਦੂਰ ਵੀ ਜਾਣਾ ਸੀਗਾ ਹਿਮਾਚਲ ਵੱਲ ਉੱਥੇ ਵੀ ਆਪਾਂ ਕੈਂਪਿੰਗਾਂ ਕਰਾਂਗੇ ਕਿਸੇ ਟਾਈਮ ਬਾਕੀ ਫਿਲਹਾਲ ਤਾਂ ਤੁਹਾਨੂੰ ਇੱਕ ਦੱਸਦਾ ਗੱਲ ਹੁਣ ਇੱਥੇ ਨਾ ਬਾਜ਼ ਮਤਲਬ ਇੱਥੇ ਚਿੜੀਆਂ ਦੇ ਆਂਡੇ ਖਾ ਗਿਆ ਪਤਾ ਕੀ ਉਹ ਉੱਥੇ ਜਿਹੜੇ ਆਂਡੇ ਸੀ ਉਹ ਬਾਅਦ 'ਚ ਪਤਾ ਲੱਗਾ ਕਿ ਉਹ ਬਾਜ਼ ਨੇ ਖਾਧੇ ਉਹ 'ਤੇ ਬੈਠਾ ਹੋਇਆ ਸੀਗਾ ਅੱਜ ਦੀ ਗੱਲ ਹੀ ਆ ਮੈਂ ਕਿਹਾ ਅੱਛਾ ਉਹ ਬਾਜ਼ ਨਹੀਂ ਖਾਧੇ ਉਦੋਂ ਵੇਹਦਾ ਪਿਆ ਸੀਗਾ ਇੱਧਰਲਾ ਇੱਧਰ ਇੱਥੇ ਮੈਂ ਇੱਕ ਆਲਣਾ ਟੰਗਿਆ ਨਾ ਖੋਤ ਵੀ ਇਹਦੇ 'ਚ ਰਹਿਣ ਲੱਗ ਪੈਣ ਉਹ ਵੇ ਸਾਹਮਣੇ ਦੀਦਾ ਪਿਆ ਅਤੇ ਉਹਦੇ 'ਚੋਂ ਵੀ ਬਾਜ਼ ਖਾ ਗਿਆ ਆਂਡੇ ਬਈ ਦੇਖ ਲਓ ਫਿਰ ਮੈਂ ਡਾਇਆ ਭਜਾਇਆ ਬਾਕੀ ਫਿਲਹਾਲ ਦੇਖੋ ਉੱਤੇ ਤਾਂ ਇੱਦਾਂ ਵਾ ਇੱਧਰ ਬੱਦਲ ਵਾਧੂ ਆ ਇਹ ਪਈ ਜਾਂਦਾ ਵਾ ਮੀਂਹ ਵਾਹਵਾ ਪੈਣ ਡਿਆ ਮੌਸਮ ਹੋ ਗਿਆ ਸਾਫ ਅਤੇ ਮੈਂ ਹੁਣ ਸੋਚਦਾ ਪਿਆ ਵਾਂ ਵੀ ਚਲੋ ਕਿਸੇ ਟਾਈਮ ਹੁਣ ਕੈਂਪਿੰਗ ਕਾਫੀ ਚਿਰ ਹੋ ਗਿਆ ਅੱਜ ਸਾਡਾ ਜੀ ਕਰਦਾ ਸੀ ਕਰਨ ਨੂੰ ਅੱਜ ਟਾਈਮ ਨਹੀਂ ਲੱਗਾ ਅਤੇ ਕਿਸੇ ਦਿਨ ਜ਼ਰੂਰ ਕਰਾਂਗੇ ਕੈਂਪਿੰਗ ਵਧੀਆ ਜੇ ਥਾਂ 'ਤੇ ਜਾਵਾਂਗੇ ਅਤੇ ਮਜ਼ੇ ਕਰਾਂਗੇ ਜੀ ਸਾਡਾ ਵੀ ਕਰਦਾ ਹੁੰਦਾ ਮਜ਼ੇ ਜੇ ਕਰ ਲਓ ਕਿ ਵਧੀਆ ਜੀ ਥਾਂ 'ਤੇ ਜਾਈਏ ਅਤੇ ਕੈਂਪਿੰਗ ਕੁੰਪਿੰਗ ਕਰੀਏ ਮੀਂਹ 'ਚ ਅਤੇ ਹੁਣ ਵੈਸੇ ਜਾਵਾਂਗੇ ਹਿਮਾਚਲ ਵੱਲ ਵੀ ਜਾਵਾਂਗੇ ਤਾਂ ਉੱਥੇ ਕੈਂਪਿੰਗ ਕਰਾਂਗੇ ਜੇ ਕਿਤੇ ਹੁਣ ਟਾਈਮ ਲੱਗਾ ਅਤੇ ਬਾਕੀ ਫਿਲਹਾਲ ਹੁਣ ਮੈਂ ਕਿਹਾ ਵਲੌਗ ਦਾ ਐਂਡ ਕਰ ਦਈਏ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ